ਜਾਨਵਰ ਦੇ ਨਾਲ ਰਾਹਤ ਦੇ ਪਲ ਜਿਹੜੇ ਜਦੋਂ ਆਪਣੇ ਇੱਥੋਂ ਬਹੁਤ ਹੀ ਜਿਹੜੇ ਰਜੇਆ ਭਰੀ ਜ਼ਿੰਦਗੀ ਗੁਜ਼ਾਰਦੇ ਨੇ ਆਪਣੇ ਪਲ ਆਪਣੇ ਘੋੜਿਆਂ ਦੇ ਨਾਲ ਆਪਣੇ ਪਾਲਤੂ ਜਾਨਵਰਾਂ ਦੇ ਨਾਲ ਲਗਾਉਂਦੇ ਨੇ ਲਗਾਉਂਦੇ ਨੇ ਔਰ ਸਾਡਾ ਕੋਈ ਮੇਲਾ ਨਹੀਂ ਜਿਹਦੇ ਵਿੱਚ ਇਹਨਾਂ ਨੇ ਆ ਕੇ ਸ਼ਿਰਕਤ ਨਾ ਕੀਤੀ ਹੋਵੇ ਸੋ ਤਾੜੀਆਂ ਮਾਰ ਕੇ ਮੈਂ ਮੰਚ ਦੇ ਸਾਡੇ ਅਫੀਸਰ ਸਾਹਿਬਾਨ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਦਾ ਸਵਾਗਤ ਕੀਤਾ ਜਾਵੇ ਸੋ ਸਾਰੇ ਹੀ ਅਫੀਸਰ ਸਾਹਿਬਾਨ ਕਿਉਂਕਿ ਕੁਸ਼ਲਜੀਤ ਸਿੰਘ ਢਿੱਲੋਂ ਬਹੁਤ ਹੀ ਮਹਿਨਤ ਹਸਤੀ ਨੇ ਸਾਡੇ ਇਲਾਕੇ ਦੀ ਬੜੇ ਦੂਰ ਰਸਤੀ ਨੇ ਔਰ ਖਾਸ ਕਰਕੇ ਪਸ਼ੂ ਪਾਲਣ ਵਿਭਾਗ ਦੇ ਨਾਲ ਇਹਨਾਂ ਦਾ ਬਹੁਤ ਹੀ ਨੇੜੇ ਦਾ ਜਿਹੜਾ ਰਿਸ਼ਤਾ ਹੈ ਔਰ ਜਿੰਨਾ ਇਹਨਾਂ ਨੂੰ ਐਕਸਪੀਰੀਅੰਸ ਹੈ ਵੀ ਹੋਰਸ ਬਿਲਡਿੰਗ ਕਿਸ ਤਰ੍ਹਾਂ ਕਰਨੀ ਹੈ ਡੋਗ ਬਿਲਡਿੰਗ ਕਿਸ ਤਰ੍ਹਾਂ ਕਰਨੀ ਹੈ ਰੇਸਿੰਗ ਦਾ ਹੋਰਸ ਰਾਈਡਿੰਗ ਦਾ ਉਹਨਾਂ ਵਾਸਤੇ ਵੀ ਬੜੀ ਖੁੱਲੀ ਜਗ੍ਹਾ ਸੋ ਦਰਸ਼ਕ ਵੀਰਾਂ ਨੂੰ ਵੀ ਬੜਾ ਸੌਖਾ ਘੁੰਮ ਫਿਰ ਕੇ ਦੇਖਣਾ ਸੋ ਮੈਂ ਇਸ ਗੱਲ ਦੀ ਸਾਰੇ ਮਹਿਕਮੇ ਨੂੰ ਐਨੀਮਲ ਹਸਬੈਂਡਰੀ ਨੂੰ ਸਾਰੇ ਡਾਕਟਰ ਸਾਹਿਬਾਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਇਹ ਮੇਲਾ ਸ਼ਬਦ ਕਰਕੇ ਪਹਿਲੀ ਵਾਰੀ ਪਟਿਆਲੇ ਕਰਵਾਇਆ ਕੈਪਟਨ ਸਾਹਿਬ ਦੀ ਸਰਕਾਰ ਵਿੱਚ ਤੇ ਤੁਸੀਂ ਬਹੁਤ ਹੀ ਵਧੀਆ ਤੇ ਉਦਮ ਨਾਲ ਬਹੁਤ ਹੀ ਕਾਮਯਾਬ ਮੇਲਾ ਕਰਵਾਇਆ ਤੁਹਾਡਾ ਇੰਤਜ਼ਾਮ ਜੋ ਸ਼ੌਕ ਨਾਲ ਕੀਤਾ ਉਹ ਮੈਂ ਦੇਖ ਰਿਹਾ ਸਭ ਤੋਂ ਜ਼ਰੂਰੀ ਹੁੰਦਾ ਕਿ ਜਿਹੜੇ ਆਪਣੇ ਮਹਿਮਾਨ ਆਉਂਦੇ ਆ ਬਰੀਡਰ ਆਉਂਦੇ ਆ ਉਹਨਾਂ ਨੂੰ ਰਹਿਣ ਵਾਸਤੇ ਜਾਨਵਰਾਂ ਦੀਆਂ ਸਹੂਲਤਾਂ ਵਾਸਤੇ ਉਹਨਾਂ ਦੇ ਸਹੀ ਖਾਣ ਪੀਣ ਵਾਸਤੇ ਪਾਣੀ ਵਾਸਤੇ ਸਹੀ ਇੰਤਜ਼ਾਮ ਹੋਵੇ ਉਹਦਾ ਬੜਾ ਵਧੀਆ ਇੰਤਜ਼ਾਮ ਹੈ ਸੋ ਇਸ ਗੱਲ ਦੀ ਮੈਂ ਬਹੁਤ ਬਹੁਤ ਕਿਤੇ ਮਹਿਕਮੇ ਨੂੰ ਵਧਾਈ ਦਿੰਦਾ ਉੱਥੇ ਕੈਪਟਨ ਸਾਹਿਬ ਨੂੰ ਕਿਉਂਕਿ ਮਹਿਕਮਾ ਕੈਪਟਨ ਸਾਹਿਬ ਕੋਲ ਹੈ ਤੇ ਮੈਨੂੰ ਕੈਪਟਨ ਸਾਹਿਬ ਦੇ